10,000 ਦੀ ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ASI ਕਾਬੂ ਕੀਤਾ ਗਿਆ। ਦੱਸਦੇ ਕਿ ਇੱਕ ਗਰੀਬ ਪਰਿਵਾਰ ਤੇ ਦਬਾਅ ਪਾ ਕੇ ਉਸ ਤੋਂ ਰਿਸ਼ਵਤ ਮੰਗੀ ਗਈ ਸੀ, ਜਿਸ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਤੇ ਜਾਲ ਵਿਛਾਇਆ ਗਿਆ ਤੇ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਵਿਖੇ ਤਾਇਨਾਤ ਇੱਕ ASI ਨਿਰਮਲ ਸਿੰਘ ਨੂੰ 10,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਇੱਕ ਗਰੀਬ ਮਜ਼ਦੂਰ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ ਸੀ। ਵਿਜੀਲੈਂਸ ਨੇ ਟਰੈਪ ਲਗਾ ਕੇ ਇਸ ਨੂੰ ਗ੍ਰਿਫਤਾਰ ਕੀਤਾ। ਰਾਜੇਸ਼ ਕੁਮਾਰ ਦੀ ਸ਼ਿਕਾਇਤ ਉੱਪਰ ਇਹ ਐਕਸ਼ਨ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲਦਾ ਹੈ, ਜਿਸ ਦਾ ਲੋਕ ਲਗਾਤਾਰ ਵਿਰੋਧ ਕਰਦੇ ਨੇ, ਜਿਸ ਦੇ ਚੱਲਦੇ ਪੁਲਿਸ ਨੇ ਦੇ ਵਪਾਰ ਕਰਨ ਵਾਲੇ ਲੋਕਾਂ ਦੇ ਨਾਲ ਰਲ ਕੇ ਉਹਨਾਂ ਤੇ ਝੂਠਾ ਪਰਚਾ ਕਰਨ ਦਾ ਦਬਾਅ ਬਣਾਇਆ। ਇਸੇ ਸਿਲਸਿਲੇ ਦੇ ਵਿੱਚ ਰਿਸ਼ਵਤ ਦੀ ਮੰਗ ਕੀਤੀ ਤਾਂ ਹੁਣ ASI ਨਿਰਮਲ ਸਿੰਘ ਨੂੰ 10,000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਬਰਨਾਲਾ ਦੇ ਧਨੌਲਾ ਦੇ ਵਿੱਚ ਇਹ ASI ਤਾਇਨਾਤ ਸੀ। ਕੀ ਨਾਮ ਤੁਹਾਡਾ? ਰਜੇਸ਼ ਕੁਮਾਰ। ਰਜੇਸ਼, ਕੀ ਗੱਲ ਹੋਈ ਸੀ? ਕੀ ਕਿਉਂ ਪੈਸੇ ਕਾਹਦੇ ਪੈਸੇ ਮੰਗਦੇ ਸੀ? ਕੀ ਗੱਲ? ਮੇਰਾ ਤਾਂ ਨੌ ਵੀ ਨਹੀਂ ਹੈਗਾ ਇਹਦੇ ਵਿੱਚ ਹੀ। ਮੇਰੇ ਤੋਂ ਡਰਾ ਕੇ ਪੈਸੇ ਮੰਗਦਾ ਤੇ ਜੀ ਆ। ਪਹਿਲਾਂ ਕਹਿੰਦਾ, ਕੱਲ੍ਹ ਕਹਿੰਦਾ 20,000 ਲਿਆਊਂਗਾ, ਅੱਜ ਕਹਿੰਦਾ ਮੈਂ ਜੀ ਜਿਹਨੂੰ ਕਹਿੰਦਾ ਚੱਲ 10 ਚ ਨਮੇੜ ਦਿੰਦਾ। ਫਿਰ ਕੀ ਹੋਇਆ? ਫਿਰ ਜਦੋਂ ਮੇਰੇ ਭਣਵੀਂ 10,000 ਦੇ ਤਾ, ਉਦੋਂ ਫੜ ਲਿਆ ਜੀ। ਕਿਵੇਂ ਹੋ ਤੁਸੀਂ? ਖੁਸ਼ ਹੋ ਜਿਹੜੇ ਕਾਰਵਾਈ ਦੀ ਕੀਤੀ ਵੀ? ਹਾਂ, ਖੁਸ਼ ਹਾਂ ਜੀ, ਖੁਸ਼ ਹਾਂ। ਕਿੰਨੇ ਚਿਰ ਤੋਂ ਤੰਗ ਕਰ ਰਹੇ ਸੀ ਸਾਨੂੰ ਜੀ? ਸਾਨੂੰ ਅੱਜ 7-8 ਦਿਨ ਹੋ ਗਏ ਜੀ। ਹਾਂ ਜੀ ਹਾਂ। ਤੁਸੀਂ ਕਿਸੇ ਦੇ ਘਰ ਕੋਲ ਨਹੀਂ ਗਏ? ਹੈ, ਕਿਸੇ ਹੋਰ ਅਫਸਰ ਨੂੰ ਕਿਹਾ ਸੀ? ਨਹੀਂ, ਉਰੇ ਆਇਆ ਜੀ। ਪਹਿਲਾਂ ਸਾਡੀ ਸੁਣਾਈ ਹੋਈ ਨਹੀਂ, ਆ ਤਾਂ ਕਹਿੰਦਾ ਧੰਦਾ ਵੀ ਐਂ ਕਰੂਗੀ ਉਹ ਜਨਾਂ ਨੇ, ਸਾਡੀ ਸੁਣਾਈ ਨਹੀਂ ਕਰੀ ਇਹਨੇ ਜੀ। ਕਹਿੰਦਾ ਐਂ ਚੱਲੂਗਾ ਧੰਦਾ ਇਹਦਾ। ਇਹ ਜੀ ਸਾਡੇ ਨਾ ਦੇਹ ਵਪਾਰ ਦਾ ਧੰਦਾ ਕਰਦੀ ਸੀ ਜਨਾਨੀ, ਅਤੇ ਸਾਡੀ ਐਪਲੀਕੇਸ਼ਨ ਦਿੱਤੀ ਹੋਈ ਸੀ ਇਹਨਾਂ ਕੋਲ ਵੀ ਜੀ ਸਾਡੀਆਂ ਕੁੜੀਆਂ ਕੱਤਰਿਆਂ ਅਤੇ ਸਾਡੀਆਂ ਨੂੰਹਾਂ 'ਤੇ ਅਸਰ ਪੈਂਦਾ, ਅਸੀਂ ਗੇਟ ਨਹੀਂ ਖੋਲ੍ਹ ਸਕਦੇ, ਆਪਦੀਆਂ ਬੇਟੀਆਂ ਨੂੰ ਪੜ੍ਹਨ ਲਿਖਣ ਨਹੀਂ ਤੋਰ ਸਕਦੇ, ਸਾਡੀਆਂ ਕੁੜੀਆਂ ਦੇ ਮਗਰ ਬੰਦੇ ਆਉਂਦੇ ਨੇ। ਉਹ ਜਨਾਨੀ ਨੂੰ ਅਸੀਂ ਸਮਝਾਇਆ ਵੀ ਵੀਰੇ ਤੂੰ ਦੇਹ ਵਪਾਰ ਦਾ ਧੰਦਾ ਛੱਡ ਦੇ। ਉਹ ਜਨਾਨੀ ਸਾਡੇ ਮਗਰ ਡਾਂਗਾ ਲੈ ਕੇ ਆਪਦੇ ਮੁੰਡੇ ਨੂੰ ਆਪਦੇ ਘਰ ਵਾਲੇ ਨੂੰ ਪੈ ਗਈ। ਅਸੀਂ ਉਹਨਾਂ ਨੂੰ ਫਿਰ ਕੁਛ ਨਹੀਂ ਕੀਤਾ ਜੀ, ਅਸੀਂ ਸਾਰੇ ਵਿਹੜੇ ਨੇ ਰਲ ਕੇ ਆਪਦੀ ਰਾਇ ਕਰਕੇ ਅਸੀਂ ਐਪਲੀਕੇਸ਼ਨ ਦੇ ਦਿੱਤੀ ਥਾਣੇ ਦੇ ਵਿੱਚ SHO ਸਾਹਿਬ ਨੂੰ। ਉਹ ਕਹਿੰਦੇ ਵੀ ਹਜੇ ਵੋਟਾਂ ਦਾ ਮਸਲਾ, ਅਸੀਂ ਤੁਹਾਡੀ 3 ਤਰੀਕ ਤੀਕਰ ਗੱਲ ਸੁਣਾਂਗੇ ਵੀ ਤੁਸੀਂ ਉਹਨਾਂ ਚਿਰ ਟਿਕ ਜਾਓ, ਬੰਦੇ ਆਉਂਦੇ ਨੇ ਉਹਨਾਂ ਨੂੰ ਵਾਪਸ ਕਰ ਦਿਉ। ਠੀਕ ਹੈ ਜੀ, ਅਸੀਂ ਬੰਦਿਆਂ ਨੂੰ ਆਉਂਦਿਆਂ ਨੂੰ ਮੋੜਦੇ ਰਹੇ ਵੀ ਭਾਈ ਤੁਸੀਂ ਇੱਥੇ ਗਲਤ ਧੰਦਾ ਹੁੰਦਾ, ਤੁਸੀਂ ਨਾ ਆਵੋ ਜੀ। ਇਹਨਾਂ ਨੇ ਸਾਡੀ ਸੁਣਨ ਦੀ ਬਜਾਇਦ ਉਸ ਜਨਾਨੀ ਤੋਂ ਪੈਸੇ ਲੈ ਕੇ ਸਾਡੇ 'ਤੇ ਕਾਰਵਾਈ ਕਰਤੀ। ਸਾਡੇ 'ਤੇ ਕਾਰਵਾਈ ਕੀ ਕੀਤੀ ਜੀ? ਸਾਡੇ ਬੱਚੇ ਸੀ ਜਿਹੜੇ 2 ਰੋਕਦੇ ਸੀ ਆਏ ਬੰਦਿਆਂ ਨੂੰ, ਉਹਨ ਉੱਥੇ ਸਾਡੇ ਮੁਹੱਲੇ ਦੇ ਵਿੱਚ ਨਾ ਇਹਨਾਂ ਨੇ ਇੱਕ ਬੰਦਾ ਭੇਜਤਾ, CID ਅਫਸਰ ਭੇਜਤਾ, ਕਹਿੰਦੇ ਵੀ ਤੂੰ ਜਾ ਉੱਥੇ, ਤੈਨੂੰ ਘੇਰਨਗੇ, ਫਿਰ ਆਪਾਂ ਪਰਚਾ ਪਾਵਾਂਗੇ ਇਹਨਾਂ 'ਤੇ। ਉਸ ਅਫਸਰ ਨੂੰ ਸਾਡੇ ਬੱਚਿਆਂ ਨੇ ਦੱਸ ਪੁੱਛ ਕੀਤੀ, ਅਸੀਂ ਮਾਈਆਂ ਵੀ ਸੀ ਵਿੱਚ, ਅਸੀਂ ਆਖਿਆ ਵੀ ਵੀਰੇ ਤੂੰ ਕੀ ਕਰਨਾ ਆ? ਉਹ ਅਫਸਰ ਲਿਆ ਭੱਜ, ਸਾਡੇ ਜਵਾਕਾਂ ਨੇ ਉਹ ਬਾਹਾਂ ਤੋਂ ਫੜ ਲਿਆ। ਉਹ ਕਹਿੰਦਾ ਵੀ ਮੈਂ ਕੈਂਸਰ ਦਾ ਮਰੀਜ਼ ਹਾਂ। ਅਸੀਂ ਉਹਨੂੰ ਬਹਾ ਲਿਆ, ਚਾਹ ਵੀ ਪਿਆਈ, ਬਹਾਇਆ, ਪਾਣੀ ਵੀ ਪਿਆਇਆ, ਵੀਰੇ ਤੁਸੀਂ ਆਪਦੇ ਇੱਕ ਘਰ ਦੇ ਮੈਂਬਰ ਨੂੰ ਬੁਲਾ ਲਓ ਅਤੇ ਵੀ ਤੁਹਾਨੂੰ ਲੈ ਜੂਗਾ। ਉਹਨਾਂ ਨੇ 112 'ਤੇ ਫੋਨ ਮਾਰਿਆ ਜੀ, 112 'ਤੇ ਇੱਥੋਂ ਬਰਨਾਲੇ ਤੋਂ ਪੁਲਿਸ ਬੁਲਾ ਲਈ, ਨਾਲੇ ਤਾਂ ਸਾਡੀਆਂ ਨੂੰਹਾਂ ਦੇ ਛਿੱਤਰ ਲਾਏ ਉਹਨਾਂ ਨੇ, ਮੂੰਹ ਕੁੱਟੇ, ਨਾਲੇ ਮੁੰਡਿਆਂ ਦੇ ਕੁੱਟੇ, ਨਾਲੇ ਉਲਟਿਆ ਜਾ ਕੇ ਉਹਨੇ CID ਅਫਸਰ ਨੇ ਕਹਿਤਾ ਮੇਰਾ 5,000 ਰੁਪਇਆ ਕੱਢ ਲਿਆ ਅਤੇ ਨਾਲੇ ਮੇਰੀ ਬੇਇੱਜ਼ਤੀ ਕੀਤੀ, ਮੇਰੇ ਛਿੱਤਰ ਮਾਰੇ।
ਮਾਸਲਾ ਸਾਡੇ ਘਰ ਦਾ ਗਾ ਅਤੇ ਪਾਤਾ ਰਾਜਗੜ੍ਹ ਰੋਡ ਵੀ ਅਸੀਂ ਰਾਜਗੜ੍ਹ ਰੋਡ 'ਤੇ ਮੈਂ ਰੇਡ ਕਰਨ ਗਿਆ ਸੀ ਅਤੇ ਦੇਖਭਾਲ 'ਤੇ ਜਣੇ ਵੀ ਉੱਥੋਂ ਮੈਨੂੰ ਰੋਡ ਤੋਂ ਫੜ ਕੇ ਇਹਨਾਂ ਨੇ ਕੁੱਟਮਾਰ ਕੀਤੀ। ਕੋਈ ਕੁੱਟਿਆ ਨਹੀਂ, ਕੋਈ ਮਾਰਿਆ ਨਹੀਂ ਜੀ। ਅਫਸਰ ਤਾਂ ਕਿਹੜਾ ਪਾ ਸਕਦਾ ਜੀ ਜੇਬ ਨੂੰ ਹੱਥ? ਨਿਰਮਲ ਸਿੰਘ ਨੇ ਕਿਵੇਂ ਮੰਗ ਲਏ ਤੁਹਾਡੇ? ਨਿਰਮਲ ਸਿੰਘ ਨੇ ਦੇ ਕੋਲ ਪਰਚਾ ਸੀ ਜੀ ਸਾਡਾ, ਜਿਹੜਾ ਥਾਣੇਦਾਰ ਨੇ ਕਰਾਇਆ ਸੀ CADA ਨੇ, ਇਹਦੇ ਕੋਲ ਪਰਚਾ ਉਹਨੇ ਕਰਾਇਆ ਸੀ ਵੀ ਨਿਰਮਲ ਸਿੰਘ ਨੇ ਨਾ ਤਾਂ ਵੜਿਆ ਕੇ ਸਾਡੇ ਬੱਚੇ ਸੱਦ ਲਏ, ਜੇ ਸਾਡੇ ਬੱਚੇ ਝੂਠੇ ਹੁੰਦੇ ਤਾਂ ਥਾਣੇ 'ਚ ਨਾ ਜਾਂਦੇ, ਜੇ ਲੁੱਟ ਖੋਹ ਕਰੀ ਹੁੰਦੀ। ਸਾਡੇ ਬੱਚੇ ਥਾਣੇ 'ਚ ਬੁਲਾ ਕੇ ਨੇ ਕੀ ਕੀਤਾ, ਕਹਿੰਦਾ ਵੀ ਮੈਂ ਤੁਹਾਡਾ ਰਾਜੀ ਬੰਦਾ ਕਰਾ ਦਿੰਦਾ ਮੁਲਾਜ਼ਮ ਨਾਲ, ਤੁਸੀਂ ਆ ਜਾਓ। ਇਹ ਵੀਰ ਜੀ ਨਾਲ ਲੈ ਗਿਆ, ਸਾਰੀ ਪੰਚਾਇਤ ਵਗ ਗਈ, ਅਸੀਂ ਘੱਟੋ ਘੱਟ 20 ਬੰਦੇ ਸੀਗੇ। ਸਾਡੀ ਕਿਸੇ ਦੀ ਸੁਣਵਾਈ ਨਹੀਂ ਕੀਤੀ, ਇੱਕ ਵੀਡੀਓ ਦਿਖਾ ਕੇ ਮੁੰਡੇ ਨੂੰ ਮੇਰੇ ਨੂੰ, ਅਤੇ ਇੱਕ ਆਹ ਮੁੰਡਾ ਸੀਗਾ, ਇੱਕ ਦੋ ਮੁੰਡੇ ਅੰਦਰ ਗਏ, ਕਹਿੰਦੇ ਵੀ ਤੁਸੀਂ ਲੁੱਟ ਖੋਹ ਕੀਤੀ ਅਫਸਰ ਦੀ CADA ਦੀ। ਪਹਿਲੀ ਗੱਲ ਤਾਂ ਸਾਡੇ ਘਰਾਂ ਦੇ ਵਿੱਚ CADA ਅਫਸਰ ਜਾ ਨਹੀਂ ਸਕਦਾ, ਨਹੀਂ ਜਾ ਸਕਦਾ ਨਾ। ਕੀ ਗੱਲ ਦੱਸੋ ਸੀ? ਅਤੇ ਜਦੋਂ ਅਸੀਂ ਆਖਿਆ ਵੀ ਸਾਡੇ CADA ਕਰਨ ਕੀ ਗਿਆ ਸੀ, ਅਤੇ ਦੋ ਮੁੰਡਿਆਂ 'ਤੇ ਪਰਚਾ ਪਾਤਾ ਵੀ ਇਹਨਾਂ ਨੇ ਲੁੱਟ ਖੋਹ ਕੀਤੀ ਇੱਕ ਦਿਨ। ਹਾਂਜੀ, ਸਾਨੂੰ ਕਹਿੰਦਾ ਵੀ ਸਾਡਾ ਪੰਜ ਜਨਾਨੀਆਂ ਦਾ ਨਾਂ ਸੀ ਜੀ, ਇਹਨੇ ਲਿਖ ਰੱਖਿਆ ਉਹੀ ਕੋਰੇ ਕਾਗਜ਼ 'ਤੇ, ਇੱਕ ਆਹ ਮੁੰਡੇ ਦਾ ਸੀਗਾ। ਇਹਨੂੰ ਕਹਿੰਦਾ ਵੀ 10-20 ਹਜ਼ਾਰ ਤੂੰ ਲਿਆ, 20 ਹਜ਼ਾਰ ਕੱਲ੍ਹ ਇਹਨੇ ਮੈਥੋਂ ਲਿਆ, ਅੱਜ ਤਾਂ ਮੈਂ ਅੱਕ ਕੇ ਫਿਰ ਇੱਥੇ ਆਈ। ਕੱਲ੍ਹ ਅਸੀਂ ਇੱਥੇ ਭਾਲ ਕੇ ਵਗ ਗਏ, 20 ਹਜ਼ਾਰ ਰੁਪਇਆ ਤਿਆਰ ਸੀ ਸਾਡੇ ਕੋਲ, ਕੱਲ੍ਹ ਛੁੱਟੀ ਸੀ ਜੀ, ਸਾਨੂੰ ਇਹ ਅਫਸਰ ਮਿਲੇ ਨਹੀਂ। ਹਾਂਜੀ, ਅੱਜ ਥਾਣੇ ਦੇ ਵਿੱਚ ਅੱਜ 10 ਹਜ਼ਾਰ ਰੁਪਇਆ ਦਿੱਤਾ ਇਹਨੂੰ। ਹਾਂਜੀ ਹਾਂ, ਫੜ ਕੇ ਗੱਡੀ ਦੇ ਕਾਊਂਟਰ 'ਤੇ ਰੱਖ ਲਿਆ, ਗੱਡੀ ਲੈ ਕੇ ਬਾਹਰ ਨਿਕਲਿਆ। ਜਦੋਂ ਅਸੀਂ ਫੋਨ ਕੀਤਾ ਵੀ ਅਸੀਂ ਜੀ ਤੁਹਾਨੂੰ ਮਿਲਣਾ ਹੈ, ਅਤੇ ਉਹਨੇ ਗੱਡੀ ਬਾਹਰ ਕੱਢੀ ਥਾਣੇ ਦੇ, ਅੱਗੇ ਹੀ ਜਮਾ ਅੱਗੇ ਹੀ ਫੜ ਲਿਆ ਥਾਣੇ ਦੇ। ਹਾਂਜੀ, ਧੰਨਵਾਦ ਹੈ ਇਹਨਾਂ ਦਾ, ਸਾਡੇ ਬੱਚਿਆਂ ਦੀ ਵੀ ਸੁਣਵਾਈ ਹੋ ਗਈ, ਸਾਡੀ ਵੀ ਸੁਣਵਾਈ ਹੋ ਗਈ। ਸਾਨੂੰ ਘਰੇ ਨਹੀਂ ਸੀ ਵੜਨ ਦਿੱਤਾ, ਜਾ ਕੇ ਦੇਖ ਲਓ ਸਾਡੇ ਸਾਰੇ ਘਰਾਂ ਨੂੰ ਜਿੰਦੇ, 15 ਘਰਾਂ ਨੂੰ ਜਿੰਦੇ ਲੱਗੇ ਹੋਏ ਨੇ। ਬੁੜੀਆਂ ਸਗਮ ਉਲਟੇ ਮੇਰੇ ਬੱਚਿਆਂ ਨੂੰ ਗਾਲਾਂ ਕੱਢਦੀਆਂ ਨੇ ਵੀ ਤੁਸੀਂ ਫੜਿਆ ਹੋ ਤਾਂ ਸਾਡੇ 'ਤੇ ਕਾਰਵਾਈ ਹੁੰਦੀ ਹੈਗੀ। ਸਾਡੀਆਂ ਬਹੂਆਂ 3-3 ਘੰਟੇ ਥਾਣੇ ਦੇ ਵਿੱਚ ਵਾਹ ਕੇ ਰੱਖੀਆਂ ਇਸ ਬੰਦੇ ਨੇ, ਨਿਰਮਲ ਸਿੰਘ ਨੇ। ਸਿਰ ਖੁਦ ਮੈਨੂੰ ਨਹੀਂ 5 ਦਿਨ ਘਰੇ ਵੜਨ ਦਿੰਦਾ, ਹਜੇ ਇਹਦੇ ਵਿਚਾਰੇ ਦੇ ਬੱਚੇ ਲੋਹਾ ਖੇੜੇ ਬੈਠੇ ਨੇ। ਆ ਜਿਹੜੇ ਮੁੰਡੇ ਨੇ ਅੱਜ ਦਾ ਮੈਂ ਤਿਆਰ ਕਰਕੇ ਦਿੱਤਾ 10 ਹਜ਼ਾਰ ਰੁਪਇਆ, ਬਹੁਤ ਇਸ ਬੰਦੇ ਨੇ ਸਾਨੂੰ 5 ਦਿਨ ਹੋ ਗਏ ਬਾਣੀ ਪਾ ਰੱਖਿਆ, ਇੰਨਾ ਚੱਕਰਾਂ 'ਚ ਪਾਇਆ ਉਹਦੀ, ਕਹਿੰਦਾ ਗੱਡੀ ਲੈ ਕੇ ਆਉਣਾ ਹੂਟਰ ਮਾਰੂੰਗਾ ਤੁਹਾਡੇ ਸਾਰੀਆਂ ਬੁੜੀਆਂ ਨੂੰ ਚੱਕ ਕੇ ਲੈ ਕੇ ਜਾਓ। 2 ਬੁੜੀਆਂ ਤਾਂ ਸਾਡੀਆਂ ਗੱਡੀ 'ਚ ਦੇ ਵਿੱਚ ਸਿੱਟ ਲਿਆ ਗੁੱਤ ਫੜ ਕੇ। ਇਹ ਥਾਣਾ ਧਨੌਲਾ ਵਿਖੇ ਤੈਨਾਤ ਆ ਜੀ SI ਨਿਰਮਲ ਸਿੰਘ, ਰਾਜੇਸ਼ ਕੁਮਾਰ ਇੱਕ ਮੁੰਡਾ ਧਨੌਲੇ ਦੇ ਰਹਿਣ ਵਾਲਾ, ਉਹਦੇ ਰਿਸ਼ਤੇਦਾਰਾਂ ਨੇ ਅਗੇਂਸਟ FIR ਨੰਬਰ 75/24 ਰਜਿਸਟਰਡ ਹੋਈ ਸੀ। ਇਹ ਉਹਦੇ ਘਰ ਗਿਆ, ਉਹਨੂੰ ਥਰੈਟ ਕੀਤਾ, ਉਹਨੂੰ ਕਹਿੰਦਾ ਵੀ 10 ਹਜ਼ਾਰ ਰੁਪਏ ਮੈਨੂੰ ਦੇ, ਨਹੀਂ ਤੈਨੂੰ ਮੁਕੱਦਮੇ 'ਤੇ ਨਾਮਜ਼ਦ ਕਰ ਦੂੰਗਾ। ਉਹ ਫਿਰ ਬੰਦਾ 10 ਹਜ਼ਾਰ ਦੇਣ ਦੀ ਆਪਣੇ ਕੋਲ ਇਹਨੇ ਆ ਕੇ ਕੰਪਲੇਂਟ ਕੀਤੀ ਜੀ, ਜਿਹਦੇ ਅਗੇਂਸਟ ਅੱਜ ਅਸੀਂ ਇਹਨੂੰ ਰੈੱਡ ਹੈਂਡਡ ਟਰੈਪ ਲਗਾ ਕੇ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਰੈਸਟ ਕੀਤਾ ਜੀ। ਇਹਦੇ ਖਿਲਾਫ਼ ਮੁਕੱਦਮਾ ਨੰਬਰ 23 ਮਿਤੀ 11/24 ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿਖੇ ਰਜਿਸਟਰ ਕਰ ਲਿਆ ਜੀ, ਤਫਤੀਸ਼ ਜਾਰੀ ਹੈ। ਨਹੀਂ ਜੀ, ਨਹੀਂ ਪਹਿਲਾਂ ਕੋਈ ਇਹਦੇ ਬਾਰੇ ਸਾਡੇ ਕੋਲ ਅੱਜ ਤੱਕ ਇਹਦੇ ਖਿਲਾਫ਼ ਕੋਈ ਹੈ ਨਹੀਂ ਜੀ ਕਰਪਸ਼ਨ ਦੀ। ਕਿਸ ਮਸਲੇ 'ਚ ਸਰ ਉਹਨੇ ਪੈਸੇ ਮੰਗੇ ਸੀ? ਇਹਦੇ ਮਤਲਬ ਭਾਣਜੇ ਦੇ ਖਿਲਾਫ਼ ਹੈ ਜੀ, FIR ਨੰਬਰ 75/24 ਥਾਣਾ ਧਨੌਲਾ ਵਿਖੇ ਰਜਿਸਟਰਡ ਹੋਈ ਸੀ ਜੀ, ਜਿਹਦੀ ਤਫਤੀਸ਼ SI ਨਿਰਮਲ ਸਿੰਘ ਕਰ ਰਿਹਾ ਸੀ ਜੀ। ਉਹ ਇਹ ਉਹਨੂੰ ਵਿੱਚ ਫਸਾਉਣਾ ਚਾਹੁੰਦਾ ਜੀ, ਨਾਮਜ਼ਦ ਕਰਦਾ ਸੀ ਜੀ ਸਿਰਫ ਪੈਸੇ ਲੈਣ ਦੇ ਮਕਸਦ ਦੇ ਨਾਲ। ਉਹ ਪੈਸੇ ਲੈਣ ਜਦੋਂ ਇਹ ਬੰਦਾ ਉਹਦੇ ਘਰ ਗਿਆ, 10 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਜੀ। ਉਹ ਬੰਦਾ ਅੱਜ ਸਾਡੇ ਕੋਲ ਚੱਲ ਕੇ ਆਇਆ ਜੀ, ਸ਼ਿਕਾਇਤ ਦਿੱਤੀ ਆ ਤਾਂ ਉਹਨੂੰ ਰੈੱਡ ਹੈਂਡ ਟਰੈਪ ਕਰਕੇ ਉਹਨੂੰ ਅਰੈਸਟ ਕਰ ਲਿਆ ਜੀ।